ਸਲੋਕ ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬਿਖ ਸੋਰ। ਅਸੀਂ ਜੀਵ ਇਸਤਰੀ ਆਦਿਕ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂਫਾਂ ਕੁਸੁੰਬੇ ਦੇ ਰੰਗ ਵਾਂਗ ਖਿੰਨ ਭੰਗਰ ਹੀ ਹੈ। ਨਾਨਕ ਤੈ ਸਰਣੀ ਪਰੋ ਬਿਣਸ ਜਾਏ ਮੈਂ ਮੋਰ। ਹੇ ਨਾਨਕ ਆਖ, ਮੈਂ ਤਾਂ ਉਸ ਪਰਮਾਤਮਾ ਦੀ ਸ਼ਰਨ ਪੈਂਦਾ ਹਾਂ ਜਿਸ ਦੀ ਮਿਹਰ ਦੇ ਨਾਲ ਹਉਮੈ ਅਤੇ ਮਮਤਾ ਦੂਰ ਹੋ ਜਾਂਦੀ ਹੈ। ਪੌੜੀ ਰੇ ਮਨ ਬਿਨ ਹਰ ਜ਼ਹਿਰ ਚੋ ਤਹਿ ਤਹਿ ਬੰਧਨ ਪਾਹੇ। ਹੇ ਮੇਰੇ ਮਨ, ਪਰਮਾਤਮਾ ਤੋਂ ਬਿਨਾਂ ਹੋਰ ਜਿੱਥੇ ਜਿੱਥੇ ਪ੍ਰੇਮ ਪਾਏਗਾ ਉੱਥੇ ਉੱਥੇ ਮਾਇਆ ਦੇ ਬੰਧਨ ਪੈਣਗੇ। ਜੈ ਬਿਦ ਕਤਹੂ ਨਾ ਛੁੱਟੀ ਹੈ ਸਾਕਤ ਤੇਊ ਕਮਾਹੇ। ਹਰੀ ਤੋਂ ਵਿਛੜੇ ਬੰਦੇ ਉਹੀ ਕੰਮ ਕਰਦੇ ਹਨ ਕਿ ਉਸ ਤਰੀਕੇ ਨਾਲ ਕਿਤੇ ਵੀ ਇਹਨਾਂ ਬੰਧਨਾਂ ਤੋਂ ਖਲਾਸੀ ਨਾ ਹੋ ਸਕੇ। ਹੋ ਹੋ ਕਰਤੇ ਕਰਮ ਰਤ ਤਾਂ ਕੋ ਭਾਰ ਅਫਾ। ਤੀਰਥ ਦਾਨ ਆਦਿਕ ਕਰਮਾਂ ਦੇ ਪ੍ਰੇਮੀ ਇਹ ਕਰਮ ਕਰਕੇ ਇਹਨਾਂ ਦੇ ਕਿੱਤਿਆਂ ਦਾ ਮਾਣ ਕਰਦੇ ਫਿਰਦੇ ਹਨ। ਇਸ ਹੋਮੇ ਦਾ ਭਾਰ ਵੀ ਅਸਹਿ ਹੁੰਦਾ ਹੈ। ਪ੍ਰੀਤ ਨਹੀਂ ਜੋ ਨਾਮ ਸਿਉਂ ਤਿਉਂ ਏਉ ਕਰਮ ਵਿਕਾਰ। ਜੇ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਬਣਿਆ ਤਾਂ ਇਹ ਕਰਮ ਵਿਕਾਰ ਰੂਪ ਹੋ ਜਾਂਦੇ ਹਨ। ਵਾਧੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ। ਮਿੱਠੀ ਮਾਇਆ ਦੇ ਕੋਤਕਾਂ ਵਿੱਚ ਫਸ ਕੇ ਜੀਵ ਜਮ ਦੀ ਫਾਹੀ ਵਿੱਚ ਵੱਜ ਜਾਂਦੇ ਹਨ। ਭਰਮ ਕੇ ਮੋਹੇ ਨੈ ਬੁਝ ਹੈ ਸੋ ਪ੍ਰਭ ਸਦਹੂ ਸੰਗ। ਭਟਕਣਾ ਵਿੱਚ ਫਸਿਆ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਸਦਾ ਸਾਡੇ ਨਾਲ ਹੈ। ਲਿਖ ਹੈ ਗਣਤ ਨਾ ਛੁੱਟੀ ਹੈ ਕਾਚੀ ਭੀਤ ਨਾ ਸੁੱਧ। ਅਸੀਂ ਜੀਵ ਇੰਨੇ ਮਾਇਆ ਗ੍ਰਸੇ ਹਾਂ ਕਿ ਸਾਡੇ ਕਿਤੇ ਕੁਕਰਮਾਂ ਦਾ ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ। ਜਿਸੇ ਬੁਝਾਏ ਨਾਨਕਾ ਤਹਿ ਗੁਰਮੁਖ ਨਿਰਮਲ ਬੁੱਧ। ਹੇ ਨਾਨਕ ਆਪ, ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖਸ਼ਦਾ ਹੈ ਗੁਰੂ ਦੀ ਸ਼ਰਨ ਪੈ ਕੇ ਉਸਦੀ ਬੁੱਧੀ ਪਵਿੱਤਰ ਹੋ ਜਾਂਦੀ ਹੈ। ਸਲੋਕ ਟੁੱਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ। ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ 'ਤੇ ਆਉਂਦੇ ਹਨ ਉਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ। ਹੇ ਨਾਨਕ, ਗੁਰੂ ਦੀ ਸੰਗਤ ਵਿੱਚ ਰਹਿ ਕੇ ਜੋ ਇੱਕ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਰੰਗ ਐਸਾ ਗੂੜਾ ਹੁੰਦਾ ਹੈ ਕਿ ਮਜੀਠ ਦੇ ਰੰਗ ਵਾਂਗ ਕਦੇ ਨਹੀਂ ਉਤਰਦਾ। ਪੌੜੀ ਰਾਰਾ ਰੰਗ ਹੋ ਈਆ ਮਨ ਆਪਣਾ। ਹੇ ਭਾਈ, ਆਪਣੇ ਇਸ ਮਨ ਨੂੰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੋ। ਹਰ ਹਰ ਨਾਮ ਜਪੋ ਜਪ ਰਸਨਾ। ਆਪਣੀ ਜੀਵ ਨਾਲ ਸਦਾ ਹਰੀ ਨਾਮ ਦਾ ਜਾਪ ਜਪੋ। ਰੇ ਰੇ ਦਰਗਹਿ ਕਹਿ ਨਾ ਕਉ। ਪ੍ਰਭੂ ਦੀ ਹਜ਼ੂਰੀ ਵਿੱਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ। ਆਓ ਬੈਠ ਆਦਰ ਸਭ ਦੇਉ। ਸਗੋਂ ਚੰਗਾ ਆਦਰ ਮਿਲੇਗਾ ਅਤੇ ਉਹ ਕਹਿਣਗੇ ਆਓ ਬੈਠੋ। ਊਆ ਮਹਿਲੀ ਪਾਵੇ ਤੂੰ ਬਾਸਾ। ਹੇ ਭਾਈ, ਜੇ ਤੂੰ ਨਾਮ ਵਿੱਚ ਮਨ ਰੰਗ ਲੇ ਤਾਂ ਤੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਮਿਲ ਜਾਏਗਾ। ਜਨਮ ਮਰਨ ਨਹਿ ਹੋਏ ਬਿਨਾਸਾ। ਨਾ ਤੇਰਾ ਜਨਮ ਮਰਨ ਦਾ ਗੇੜ ਰਹਿ ਜਾਏਗਾ ਅਤੇ ਨਾ ਹੀ ਕਦੇ ਆਤਮਕ ਮੌਤ ਹੋਵੇਗੀ। ਮਸਤ ਕਰਮ ਲਿਖਿਆ ਤੁਰ ਜਾ ਕੈ। ਪਰ ਤੁਰੋਂ ਹੀ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ ਹੋਵੇ। ਹਰ ਸੰਪੈ ਨਾਨਕ ਕਰ ਤਾਂ ਕੈ। ਹੇ ਨਾਨਕ, ਉਸਦੇ ਹੀ ਹਿਰਦੇ ਘਰ ਵਿੱਚ ਇਹ ਨਾਮ ਧਨ ਇਕੱਠਾ ਹੁੰਦਾ ਹੈ। ਸਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ। ਉਹਨਾਂ ਗਿਆਨਹੀਨ ਮੂਰਖਾਂ ਉੱਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ। ਲਾਗ ਭਰੇ ਦੁਰਗੰਧ ਸਿਉਂ ਨਾਨਕ ਮਾਇਆ ਬੰਦ। ਹੇ ਨਾਨਕ, ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਫਸ ਜਾਂਦੇ ਹਨ ਉਹ ਮੰਦੇ ਕੰਮਾਂ ਵਿੱਚ ਹੀ ਲੱਗੇ ਰਹਿੰਦੇ ਹਨ। ਪੌੜੀ ਲੱਲਾ ਲਪਟ ਬਿਖੈ ਰਸ ਰਾਤੇ। ਉਹ ਮਨੁੱਖ ਵਿਸ਼ਿਆਂ ਦੇ ਸੁਆਦਾਂ ਨਾਲ ਚਿੰਬੜੇ ਰਹਿੰਦੇ ਹਨ। ਉਹ ਬੁੱਧ ਮਾਇਆ ਮੱਧ ਮਾਤੇ। ਜਿਹੜੇ ਮਨੁੱਖ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦੇ ਹਨ ਜਿਨ੍ਹਾਂ ਦੀ ਬੁੱਧੀ ਉੱਤੇ ਹੋਮੇ ਦਾ ਪਰਦਾ ਪੈ ਜਾਂਦਾ ਹੈ
ਇਆ ਮਾਇਆ ਮਹਿ ਜਨਮਹਿ ਮਰਣਾ। ਅਤੇ ਇਸ ਮਾਇਆ ਵਿੱਚ ਫਸ ਕੇ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ। ਜਿਉਂ ਜਿਉਂ ਹੁਕਮ ਤਿਵੇ ਤਿਉਂ ਕਰਨਾ। ਪਰ ਜੀਵਾਂ ਦੇ ਵੀ ਕੀ ਵਸ ਹੈ, ਜਿਵੇਂ ਜਿਵੇਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਿਵੇਂ ਤਿਵੇਂ ਹੀ ਜੀਵ ਕਰਮ ਕਰਦੇ ਹਨ। ਕਉ ਊਣ ਨਾ ਕਉ ਪੂਰਾ। ਆਪਣੀ ਚਤੁਰਾਈ ਨਾਲ ਨਾ ਕੋਈ ਜੀਵ ਪੂਰਨ ਬਣ ਸਕਦਾ ਹੈ, ਨਾ ਕੋਈ ਕਮਜ਼ੋਰ ਰਹਿ ਜਾਂਦਾ ਹੈ। ਕਉ ਸੁਗਰ ਨਾ ਕਉ ਮੂਰਾ। ਨਾ ਕੋਈ ਆਪਣੇ ਬਲ ਆਸਰੇ ਸਿਆਣਾ ਹੋ ਗਿਆ ਹੈ, ਨਾ ਕੋਈ ਮੂਰਖ ਰਹਿ ਗਿਆ ਹੈ। ਜਿਤ ਜਿਤ ਲਾਵਹੋ ਤਿਤ ਤਿਤ ਲੱਗਣਾ। ਹੇ ਪਰਮਾਤਮਾ, ਜਿਸ ਜਿਸ ਪਾਸੇ ਤੂੰ ਜੀਵਾਂ ਨੂੰ ਪ੍ਰੇਰਦਾ ਹੈ ਉੱਧਰ ਉੱਧਰ ਹੀ ਉਹ ਲੱਗ ਜਾਂਦੇ ਹਨ। ਨਾਨਕ ਠਾਕੁਰ ਸਦਾ ਅਲਪਣਾ। ਹੇ ਨਾਨਕ, ਇਹ ਕੈਸੀ ਅਚਰਜ ਖੇਡ ਹੈ, ਸਭ ਜੀਵਾਂ ਵਿੱਚ ਬੈਠ ਕੇ ਪਾਲਣਹਾਰ ਪ੍ਰਭੂ ਪ੍ਰੇਰਨਾ ਕਰ ਰਿਹਾ ਹੈ, ਫਿਰ ਵੀ ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ। ਪਰਮਾਤਮਾ ਸਭ ਦਾ ਪਿਆਰਾ ਹੈ, ਸ੍ਰਿਸ਼ਟੀ ਦਾ ਰੱਖਿਅਕ ਹੈ, ਸਭ ਦੀ ਜਾਣਨ ਵਾਲਾ ਹੈ, ਉਸਦਾ ਭੇਤ ਨਹੀਂ ਪੈ ਸਕਦਾ। ਉਹ ਵੱਡੇ ਜਿਗਰੇ ਵਾਲਾ ਹੈ, ਉਹ ਇੱਕ ਐਸਾ ਸਮੁੰਦਰ ਹੈ ਸਮਝੋ ਜਿਸਦੀ ਹੱਥ ਨਹੀਂ ਪੈਂਦੀ। ਦੂਸਰ ਨਾ ਹੀ ਅਵਰ ਕੋ ਨਾਨਕ ਵੇ ਪਰਵਾਹ। ਹੇ ਨਾਨਕ, ਕੋਈ ਵੀ ਚਿੰਤਾ ਫਿਕਰ ਉਸਦੇ ਨੇੜੇ ਨਹੀਂ ਟੁੱਕਦੇ, ਉਸ ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਪੌੜੀ ਲੱਲਾ ਤਾਕੈ ਲਵੈ ਨਾ ਕੋ। ਉਸ ਵਾਹਿਗੁਰੂ ਦੇ ਬਰਾਬਰ ਦਾ ਕੋਈ ਹੋਰ ਨਹੀਂ ਹੈ। ਏਕੈ ਆਪ ਅਵਰ ਨੈ ਹੋਊ। ਆਪਣੇ ਵਰਗਾ ਉਹ ਆਪ ਹੀ ਹੈ, ਆਪ ਹੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਹੋਵਨ ਹਾਰ ਹੋਤ ਸਦ ਆਇਆ। ਸਦਾ ਤੋਂ ਹੀ ਉਹ ਪ੍ਰਭੂ ਹੋਣ ਵਾਲਾ ਚੱਲਿਆ ਆ ਰਿਹਾ ਹੈ। ਊਹਾ ਕਾ ਅੰਤ ਨਾ ਕਾਹੂ ਪਾਇਆ। ਕਿਸੇ ਨੇ ਉਸਦੀ ਹਸਤੀ ਦਾ ਅਖੀਰਲਾ ਬੰਨਾ ਨਹੀਂ ਲੱਭਿਆ। ਕੀਟ ਹਸਤ ਮਹਿ ਪੂਰ ਸਮਾਨੇ। ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਵਿੱਚ ਪੂਰਨ ਤੌਰ 'ਤੇ ਉਹ ਪਰਮਾਤਮਾ ਵਿਆਪਕ ਹੈ। ਪ੍ਰਗਟ ਪੁਰਖ ਸਭ ਠਾਉ ਜਾਣੇ। ਉਹ ਸਰਵ ਵਿਆਪਕ ਪਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ। ਜਾਕੋ ਦੀਨੋ ਹਰ ਰਸ ਆਪਣਾ। ਜਿਸ ਬੰਦੇ ਨੂੰ ਪ੍ਰਭੂ ਨੇ ਆਪਣੇ ਨਾਮ ਦਾ ਸਵਾਦ ਬਖਸ਼ਿਆ ਹੈ, ਨਾਨਕ ਗੁਰਮੁਖ ਹਰ ਹਰ ਤੈ ਚੱਪਣਾ। ਹੇ ਨਾਨਕ, ਉਹ ਬੰਦਾ ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ। ਸਲੋਕ ਆਤਮ ਰਸ ਜਹਿ ਜਾਣਿਆ ਹਰ ਰੰਗ ਸਹਿਜੇ ਮਾਣ। ਜਿਹੜੇ ਬੰਦੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਯਾਦ ਦਾ ਸਵਾਦ ਮਾਣਦੇ ਹਨ, ਜਿਨ੍ਹਾਂ ਨੇ ਆਤਮਕ ਆਨੰਦ ਨਾਲ ਸਾਂਝ ਪਾਈ ਹੈ। ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਹੇ ਨਾਨਕ, ਉਹ ਭਾਗਾ ਵਾਲੇ ਹਨ, ਉਹਨਾਂ ਦਾ ਹੀ ਆਉਣਾ ਜਗਤ ਵਿੱਚ ਸਫਲ ਹੈ। ਪੌੜੀ ਆਇਆ ਸਫਲਤਾ ਹੂ ਕੋ ਗਣੀਐ। ਜਗਤ ਵਿੱਚ ਉਸੇ ਮਨੁੱਖ ਦਾ ਆਉਣਾ ਨੇਪਰੇ ਚੜਿਆ ਜਾਣੋ। ਜਾਸ ਰਸਨ ਹਰ ਹਰ ਜਸ ਭੰਨੀਐ। ਜਿਸਦੀ ਜੀਵ ਸਦਾ ਪਰਮਾਤਮਾ ਦੀ ਸਿਫਸਲਾ ਕਰਦੀ ਹੈ। ਆਏ ਬਸੈ ਸਾਧੂ ਕਹਿ ਸੰਗੇ। ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਆ ਟਿਕਦੇ ਹਨ, ਅਣਦਿਨ ਨਾਮ ਧਿਆਵਹਿ ਰੰਗੇ। ਉਹ ਹਰ ਵੇਲੇ ਪਿਆਰ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ। ਆਵਤ ਸੋ ਜਨ ਨਾਮਹਿ ਰਾਤਾ। ਜਿਸ ਮਨੁੱਖ ਉੱਤੇ ਸਿਰਜਣਹਾਰ ਦੀ ਮਿਹਰ ਕਿਰਪਾ ਹੋਈ, ਜਾ ਕੋ ਦਿਆ ਮਿਆ ਵਿਦਾਤਾ। ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦਾ ਹੈ। ਏਕਹਿ ਆਵਣ ਫਿਰ ਜੋਣ ਨਾ ਆਇਆ। ਜਗਤ ਵਿੱਚ ਉਸਦਾ ਜਨਮ ਇੱਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਕੇ ਜੂਨਾਂ ਵਿੱਚ ਨਹੀਂ ਆਉਂਦਾ। ਨਾਨਕ ਹਰ ਕੈ ਦਰਸ ਸਮਾਇਆ। ਹੇ ਨਾਨਕ, ਜਿਹੜਾ ਮਨੁੱਖ ਪਰਮਾਤਮਾ ਦੇ ਦੀਦਾਰ ਵਿੱਚ ਲੀਨ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।